जलंधर दे विच एक नौजवान नूं अपना जन्मदिन मनाउणा उस वेले महंगा पै गया जदों पार्टी दे विच आए एक नौजवान ने शराब दे नशे विच दूजे नौजवान दी पग नूं हत्थ पाया, जिस तों बाद इह झगड़ा वध गया अते उक्त नौजवान ने अपने साथियां दे नाल मिल के सिख नौजवान दी कुटमार करनी शुरू कर दित्ती। इस दौरान उसका एक होर दोस्त भी जख्मी हो गया। इन्ना ही नहीं, बाइक नूं भी अग लगा के साड़ दिता गया। फिर बोतला बाजार दे विच होई इस गुंडागर्दी तों बाद इलाके दी पुलिस ने घटना वाली थां ते पहुँच के मामला दर्ज किया अते जख्मियों नूं इलाज लई हस्पताल दे विच दाखल करवाया गया। पीड़ित तजिंदर सिंह ने दस्सिया कि जन्मदिन की पार्टी एक हुक्का बार दे विच रखी गई सी, जिथे ओह अपने दोस्त दे जन्मदिन ते गया सी। उसने कदे भी हुक्का नहीं पीता। ओह हुक्के दे फ्लेवर वेख रहा सी कि दूजी धिर दे एक नौजवान ने उस ते चोरी का दोष लगा दिता। जदों उसने इस गल का विरोध किया तो नौजवान ने बिना किसी गल तो उस दे नाल गाली गलोच करनी शुरू कर दी अते फोन करके अपने होर साथियों नूं बुला लिया। इस दौरान जदों उक्त नौजवान उस दे नाल कुटमार कर रहे सन तां उसका दोस्त राहुल उस नूं छुड़वाउण दे लई आया तां उक्त नौजवानों ने तेज़धार हथियारों दे नाल उस ते जानलेवा हमला कर उस नूं जख्मी कर दिता। ਭਾਅ ਆਪਾਂ ਕਿਸੇ ਦੀ ਬਰਡੇ ਪਾਰਟੀ ਸਾਨੂੰ ਸੱਦਿਆ ਸੀ ਕਿਸੇ ਨੇ, ਆਪਾਂ ਉਹਦੀ ਬਰਡੇ ਪਾਰਟੀ ਪਾਰਟੀ 'ਤੇ ਗਏ ਸੀ ਅਤੇ ਆਪਾਂ ਉੱਥੇ ਆਪਣਾ ਸਾਰਾ ਫੰਕਸ਼ਨ ਕੀਤਾ ਪਾਰਟੀ ਅਤੇ ਆਪਾਂ ਬਾਹਰ ਨਿਕਲੇ ਹਾਂ ਅਤੇ ਮੈਂ ਉਹਨਾਂ ਦੇ ਉਹਨਾਂ ਦਾ ਹੁੱਕਾ ਪਾ ਸੀ ਅਤੇ ਮੈਂ ਉਹਨਾਂ ਦੇ ਹੁੱਕਿਆਂ ਦੇ ਨਾਮ ਪੜ੍ਹਨ ਲਿਆ ਸੀਗਾ ਅਤੇ ਮੈਂ ਹੁੱਕਾ ਨਾਮ ਪੜ੍ਹਨ ਪੜ੍ਹਦੇ ਪੜ੍ਹਦੇ ਉਹਨਾਂ ਦੇ ਇੱਕ ਮੁੰਡਾ ਆਇਆ, ਉਹਨੇ ਮੈਨੂੰ ਕਿਹਾ ਤੂੰ ਇੱਥੇ ਚੋਰੀ ਕਰਨੀ। ਮੈਂ ਕਿਹਾ ਮੈਂ ਇੱਦਾਂ ਦੀ ਕੋਈ ਗੱਲ ਨਹੀਂ ਕੀਤੀ, ਮੈਂ ਬਸ ਨਾਮ ਪੜਾਉਂਦਾ। ਇੰਨੀ ਦੇਰ 'ਚ ਉਹਨਾਂ ਦੇ ਕੋਈ ਮੁੰਡੇ ਆਏ ਸਾਡੇ 'ਤੇ, ਉਹਨੇ ਸਾਡੇ ਆ ਕੇ ਹਮਲਾ ਕਰ ਦਿੱਤਾ। ਸਾਡੇ ਇੱਕ ਮੁੰਡੇ ਦੇ ਉਹਨਾਂ ਨੇ ਸੱਟਾਂ ਮਾਰੀਆਂ, ਮੇਰੇ ਦਸਤਾਰ ਨੂੰ ਹੱਥ ਪਾਇਆ, ਮੇਰੀ ਦਸਤਾਰ ਲਈ ਆਹ ਵੇਖੋ ਮੇਰੀ ਦਸਤਾਰ ਮੇਰੀ ਜੇਬ 'ਚ ਆ, ਮੇਰੇ ਦਸਤਾਰ ਨੂੰ ਹੱਥ ਪਾਇਆ ਅਤੇ ਉਹ ਮੁੰਡਾ ਉਹ ਸੀਰੀਅਸ। ਕਿੰਨਾ ਨੇ ਹਮਲਾ ਕੀਤਾ ਅਤੇ ਕਿੱਥੇ ਕਿਹੜੇ ਹੁਕਾ ਬਾਰ 'ਤੇ ਅਸੀਂ ਬੈਠੇ ਸੀ ਭਾਈ? ਇਹ ਪੰਜ ਪੀਰ ਬੋਦਲਾ ਬਾਜ਼ਾਰ ਦੇ ਵਿੱਚ ਹੁੱਕਾ ਬਾਰ ਹੈਗਾ, ਉਹਨਾਂ 'ਚ ਆਪਣੇ ਘਰ 'ਚ ਖੋਲਿਆ ਹੋਇਆ। ਅਤੇ ਹਮਲਾ ਕਿਹਨਾਂ ਨੇ ਕੀਤਾ, ਕੋਈ ਨਾਮ ਵਗੈਰਾ ਪਤਾ ਕਿਸੇ ਦਾ? ਕੁਛ ਨਾਮ ਨਹੀਂ, ਇੱਕ ਬੰਦੇ ਨੂੰ ਨਾਮ ਪਤਾ ਸਾਨੂੰ, ਮੋਨੂ ਕਪੂਰ ਦਾ ਮੇਨ ਜਿਹੜਾ ਹੈਗਾ, ਮੋਨੂ ਕਪੂਰ ਹੈਗਾ। ਵੀ ਜਿਹੜੀ ਲੜਾਈ ਹੋਈ ਉਹ ਖਿੰਗਰਾ ਗੇਟ ਹੋਈ ਕਿ ਪੀਰ ਬੋਦਲਾ ਬਾਜ਼ਾਰ? ਭਾਈ ਪੀਰ ਬੋਦਲਾ ਬਾਜ਼ਾਰ 'ਚ ਹੋਈ ਹੈ, ਪੰਜ ਪੀਰ ਬੋਦਲਾ ਬਾਜ਼ਾਰ 'ਚ ਹੋਈ। ਪੰਜ ਪੀਰ, ਹਾਂਜੀ। ਬਰਥਡੇ ਕਿਹਦਾ ਮਨਾਉਣ ਗਏ ਸੀਗੇ? ਮੁੰਡੇ ਯਾਰ ਦੋਸਤ ਨੇ ਇਨਵਾਈਟ ਕੀਤਾ ਸੀ ਭਾਈ, ਉੱਥੇ ਗਏ ਸੀਗੇ। ਕੋਈ ਯਾਰ ਦੋਸਤ ਨੇ ਸਾਨੂੰ ਇਨਵਾਈਟ ਕੀਤਾ ਸੀ ਉੱਥੋਂ ਦਾ ਰਹਿਣ ਵਾਲਾ? ਉੱਥੋਂ ਦਾ ਰਹਿਣ ਵਾਲਾ। ਕਿੰਨੇ ਕੁ ਜਾਣੇ ਭਾਈ ਜ਼ਖਮੀ ਹੋਏ ਤੁਹਾਡੇ? ਭਾਈ ਇੱਕ ਜਣਾ ਮੈਂ ਹੋਇਆ, ਇੱਕ ਮੈਂ ਉਹਨਾਂ ਉਹ ਉਹਨਾਂ ਨੇ ਮੇਰੇ 'ਤੇ ਹਮਲਾ ਕੀਤਾ, ਮੇਰੀ ਉਹਨਾਂ ਨੇ ਦਸਤਾਰ ਲਾਈ ਅਤੇ ਮੇਰੇ ਹੱਥ 'ਚ ਦਸਤਾਰ ਹੋਇਆ, ਵੇਖੋ ਮੇਰੀ ਜੇਬ 'ਚ ਦਸਤਾਰ ਹੋਇਆ। ਅਤੇ ਦੂਸਰਾ ਕੌਣ? ਦੂਸਰੇ ਦਾ ਕੀ ਨਾਮ ਹੈ? ਦੂਸਰੇ ਦਾ ਨਾਮ ਭਾਈ ਰਾਹੁਲ ਹੈ। ਅਤੇ ਪੁਲਿਸ ਮੌਕੇ 'ਤੇ ਆਈ ਸੀ? ਪੁਲਿਸ ਕੰਪਲੇਂਟ ਕੀਤੀ ਸੀ? ਕੋਈ ਨਹੀਂ ਆਇਆ, ਕੋਈ ਉਹਨਾਂ ਨੇ ਉੱਥੇ ਸਾਡੀ ਕੋਈ ਕਾਰਵਾਈ ਨਹੀਂ ਹੋਈ। ਭਾਈ ਕੁਛ ਨੀ, ਜਨਮਦਿਨ ਦੀ ਪਾਰਟੀ ਤੇ ਗਏ ਸੀ ਤੇ ਉੱਥੇ ਸਰਦਾਰ ਮੁੰਡਾ ਸੀ, ਉਹਦੀ ਪੱਗ ਨੂੰ ਉਹਨਾਂ ਨੇ ਹੱਥ ਪਾਇਆ ਸ਼ਰਾਬ ਪੀ ਕੇ ਤੇ ਉਹਦੇ ਆਪਾਂ ਨਾਲ ਹੀ ਉਹਨਾਂ ਨੇ ਕਿਹਾ ਕਿ ਮੇਰੀ ਪੱਗ ਨੂੰ ਹੱਥ ਪਾਇਆ, ਮੇਨ ਉਹੀ ਗੱਲ ਸੀ। ਅਤੇ ਉੱਧਰੋਂ 9-10 ਜਣੇ ਆਏ ਜਿਹਨਾਂ ਰੋਕਾ ਬਾਰ ਸੀ, ਉਹਨਾਂ ਰੋਕੇ ਦਾ ਕੰਮ ਹੈ, ਉੱਥੇ ਬਹਿ ਕੇ ਆ ਨਾ ਪਾਰਟੀ ਕਰਦੇ ਪਏ ਸੀ। 9-10 ਜਣੇ ਆਏ ਆਉਂਦੇ, ਉਹਨਾਂ ਨੇ ਕੁਛ ਨਹੀਂ ਕੀਤਾ। ਮੁੰਡਾ ਸੀ ਇੱਕ, ਉਹਨੇ ਮੇਨ ਪੱਗ ਨੂੰ ਹੱਥ ਪਾਇਆ ਵੇ ਤੇ ਉਹ ਦੋਨਾਂ ਦੀ ਆਪਾਂ ਝੋਈਏ ਨਾਲ ਹੀ 9-10 ਜਣੇ ਗਲੀ 'ਚੋਂ ਆ ਗਏ ਆ। ਹਾਂਜੀ, ਆਉਂਦੇ ਉਹਨਾਂ ਨੇ ਕੁਛ ਨਹੀਂ ਸੁਣਿਆ, ਕੌਣ ਸੀ ਉੱਥੇ, ਕੌਣ ਨਹੀਂ। 2-3 ਨਿਆਣੇ ਮੇਰੇ ਨਾਲ ਸੀ, ਉਹਨਾਂ ਦੇ ਹੀ ਮਾਰੀਆਂ ਅਤੇ ਮੇਰੇ ਵੀ। ਅਤੇ ਤੁਹਾਡੇ ਕੋਈ ਕਿਸੇ ਗੱਲ ਤੋਂ ਬਹਿਸ ਨਹੀਂ? ਕੋਈ ਗੱਲ ਨਹੀਂ। ਇਹੀ ਹੋਈ ਭਾਈ ਭਾਗ, ਤੁਹਾਡਾ ਕੀ ਨਾਮ ਭਾਈ? ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਦਾ ਕੀ ਨਾਮ ਹੈ? ਉਹ ਅਨਪਛਾਤਾ ਇੱਕ ਮੰਨੂ ਨਾਂ ਦਾ ਮੁੰਡਾ ਹੈਗਾ, ਹੁੱਕਾ ਵਾਰ ਹੈ ਉਹਨਾਂ ਦਾ। ਅੱਛਾ, ਕਿੱਥੇ ਜਾ ਕੇ ਲੜਾਈ ਹੋਈ ਹੈ? ਹੈਗੀ ਇਹ ਪੰਜਵੀਂ ਚੌਧਰੀ ਅੱਧੇ ਕੋਈ ਦਰਗਾਹ ਹੈ। ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਹਾਲੇ ਤੱਕ ਕੋਈ ਵੀ ਪੱਖ ਸਾਹਮਣੇ ਨਹੀਂ ਆਇਆ। ਸਕੈਨਸ ਪੰਜਾਬ ਦੇ ਲਈ ਜਲੰਧਰ ਤੋਂ ਮਨਜੋਤ ਸਿੰਘ ਦੀ ਰਿਪੋਰਟ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ 'ਤੇ ਕੈਨੇਡਾ ਜਾਂ ਆਸਟ੍ਰੇਲੀਆ ਸਕੋਲਰਸ਼ਿਪ ਦੇ ਨਾਲ ਘੱਟ ਫੀਸ 'ਤੇ
ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।